ਭਾਜੀ ਹੁਣਾਂ ਨੇ ਆਪਣੇ ਲਾਈਫ ਦੇ ਵਿੱਚ ਕਾਰਪੋਰੇਸ਼ਨ ਦੇ ਵਿੱਚ ਲੁਧਿਆਣਾ ਜਿੱਥੇ ਜਿੱਥੇ ਵੀ ਉਹਨਾਂ ਨੇ ਡਿਊਟੀ ਦਿੱਤੀ ਬਹੁਤ ਹੀ ਇਮਾਨਦਾਰੀ ਨਾਲ ਬਹੁਤ ਹੀ ਵਧੀਆ ਤਰੀਕੇ ਆਪਣੀ ਡਿਊਟੀ ਜੋਬ ਨੂੰ ਬਹੁਤ ਵਧੀਆ ਤਰੀਕੇ ਨਿਭਾਇਆ। ਸੋ ਕਹਿਣ ਦਾ ਮਤਲਬ ਵੀ ਬਹੁਤ ਇਮਾਨਦਾਰ ਔਰ ਇਹੋ ਜਿਹੇ ਅਫਸਰ ਬਹੁਤ ਘੱਟ ਦੇਖਣ ਨੂੰ ਮਿਲਦੇ ਹਨ। ਇੱਕ ਪਿਆਰ ਕਾ ਨਗਮਾ ਹੈ ਮੌਜੋਂ ਕੀ ਰਵਾਨੀ ਹੈ, ਇੱਕ ਪਿਆਰ ਕਾ ਨਗਮਾ ਹੈ ਮੌਜੋਂ ਕੀ ਰਵਾਨੀ ਹੈ, ਜ਼ਿੰਦਗੀ ਔਰ ਕੁਛ ਵੀ ਨਹੀਂ ਤੇਰੀ ਮੇਰੀ ਕਹਾਣੀ ਹੈ, ਇੱਕ ਪਿਆਰ ਕਾ ਨਗਮਾ ਹੈ ਮੌਜੋਂ ਕੀ ਰਵਾਨੀ ਹੈ, ਜ਼ਿੰਦਗੀ ਔਰ ਕੁਛ ਵੀ ਨਹੀਂ ਸੁਰਗ ਦਾ ਝੂਟਾ ਲੈ ਕੇ ਵਾਪਸ ਆਉਣਾ ਮੈਂ, ਸੁਰਗ ਦਾ ਝੂਟਾ। ਪਾਪਾ ਨੂੰ ਮੈਂ ਜਦੋਂ ਮਿਲਿਆ ਤੇ ਜੋ ਮੈਂ ਆਬਜ਼ਰਵ ਕੀਤਾ ਇਹਨਾਂ ਨੂੰ ਪਾਪਾ ਨੂੰ ਮਿਲ ਕੇ ਇੰਨੇ ਟਾਈਮ 'ਚ ਕਿ ਲਾਈਕ ਪਾਪਾ ਟਾਈਮ ਦੀ ਬਹੁਤ ਰਿਸਪੈਕਟ ਕਰਦੇ ਆ। ਜੇ ਮੈਂ ਕਹਾਂ ਕਿ ਲਾਈਫ ਨੂੰ ਬੰਦੇ ਨੂੰ ਸਕਸੈਸ ਦੇਖਣੀ ਆਪਣੀ ਤਾਂ ਉਹਦਾ ਕਿਤੇ ਨਾ ਕਿਤੇ ਰੀਜ਼ਨ ਆਪਣਾ ਹੀ ਹੁੰਦਾ ਕਿ ਜੇ ਆਪਾਂ ਟਾਈਮ ਦੀ ਰਿਸਪੈਕਟ ਕਰੀਏ। ਸੋ ਇਹਨਾਂ ਨੇ ਉਹ ਕਰਦੇ ਨੇ। ਮੇਰੀ ਉਮਰ ਤੈਨੂੰ ਲੱਗ ਜਾਵੇ ਜਿਉਂਦਾ ਰਹਿ ਬਾਪੂ, ਮੇਰੀ ਉਮਰ ਤੈਨੂੰ ਲੱਗ ਜਾਵੇ ਜਿਉਂਦਾ ਰਹਿ ਬਾਪੂ। ਜੰਨਤ ਤੇਰੇ ਪੈਰ ਦੀ ਮਿੱਟੀ ਹੋ ਗਈ ਹੈ, ਜੰਨਤ ਤੇਰੇ ਪੈਰ ਦੀ ਮਿੱਟੀ ਹੋ ਗਈ ਹੈ, ਮੇਰੇ ਫਿਕਰਾਂ ਵਿੱਚ ਤੇਰੀ ਦਾੜੀ ਚਿੱਟੀ ਹੋ ਗਈ ਹੈ, ਤੇਰਾ ਪੁੱਤ ਤੇਰੇ ਅਹਿਸਾਨ ਨੂੰ ਦੱਸ ਦੇ ਕਿੰਜ ਮਾਪੂ, ਮੇਰੀ ਉਮਰ ਤੈਨੂੰ ਲੱਗ ਜਾਵੇ ਜਿਉਂਦਾ ਰਹਿ ਬਾਪੂ। ਸਪੀਕਰਾਂ